जे मैं ना वेखा ते ओ वेखे कित्थों ऐसे लेख लियावां जे सोना विच वेखण देवे सुभान अल्लाह कित्थों ऐसे ले 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 कलियावां जे सोना विच वेखण दे वेखे यार ते तेरे अंदर वसदा इनू एवें भैण भुलखे यार फरीदा बुए यार दे मरिए सोना वेखे या ना वेखे यार फरीदा बुए यार या 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 यार फरीदा क्योंकि रब रब कर दे बुढ़े हो गए अते मुल्ला पंडित सारे रब रब कर दे बुढ़े हो गए अते मुल्ला पंडित सारे रब दा खोज खुरा ना लब्बा अते सजदे कर कर हारे रब दा खोज खुरा ना लब्बा अते सजदे कर कर हारे रब दे तेरे अंदर वसदा रब के तेरे अंदर वसदा अते विच कुरान इशारे पर मुल्ले शाह रब ओनू मिलदा जेड़ा पीर तो तन मनवा मुल्ले शाह रब ओनू मिलदा जेड़ा पीर तो तन मन वारे यार फरीदा बुए यार दे मरिए सोना वेखे यार ना वेखे यार इश्क दे महक में मैं इश्क दे महक में मैं गया अगों इश्क ने मेरी दनाई लुट लई ऐन इश्क दे महक में मैं गया कुछ नहीं बोलदा हाफिज दर दर रोलदा ऐ महक में मैं गया अगों इश्क ने मेरी दनाई लुट लई लैन गया सा दाद मैं ते इश्क कोलों अगों इश्क ने मेरी रसाई लुट लई इश्क लुटदा वलिया पैगंबरां नूं कईआं बादशाह दी
ਪਾਤਸ਼ਾਹੀ ਲੁੱਟ ਲਈ ਅਜੇ ਤੇਰਾ ਕੀ ਲੁੱਟਿਆ ਏ ਬੁਲਿਆ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਅਜੇ ਤੇਰਾ ਅਜੇ ਤੇਰਾ ਕੀ ਲੁੱਟਿਆ ਏ ਬੁਲਿਆ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਪਿਆਰੇ ਸੱਲੱਲਾਹੁ ਅਲੈਹਿ ਯਾ ਰਸੂਲ چند شیر چند شیر ہی حضور آر سے کھڑی اللہ اکبر ڈڈولہ کرا بیٹھی زاری تیرا کیڑا مل لگ دا ڈڈولہ کرا بیٹھی زاری ڈڈولہ کرا بیٹھی زاری بیٹھی زاری آمین ڈڈولا کرا بیٹھی زاری آمین ڈڈولا کرا بیٹھی زاری حکیماں طبیباں دیوس دی گل نا محفل سجی قبلہ آپ کی توجہ چاہتے ہوئے جو آپ نے شعر پڑھا ہے 2021 دے وچ لاہور چ برجی چونک ایک محفل سجی 22 نومبر کو وہاں پر مفتی سلام مفتی خضر علی سلام صاحب خطاب کرتے ہوئے فرماتے ہیں کہ میرا ایک دوست تھا جو بہت امیر تھا کروڑا پتی کوٹھیاں کاراں دا مالک بڑا رب نے انہوں عطا کیتا لیکن میرے دوست دا اکو پتر ہے اکو اولاد ہے کلی اولاد ہے او فرماندے نے کہ جڑا میرا دوست بڑا امیر سی نا اودی کلی اولاد سی بھائی خوشبو والے میری گل سن لینا مہربانی تہاڈی کہندا میری کلی اولاد سی میرا کلا
ਕੱਲਾ ਪੁੱਤਰ ਸੀ, ਮੇਰਾ ਪੁੱਤਰ ਬਿਮਾਰ ਹੋ ਗਿਆ, ਮੇਰੇ ਪੁੱਤਰ ਨੂੰ ਮਰਦ ਲੱਗ ਗਿਆ। ਕਹਿੰਦਾ ਕਰੋੜਾਪਤੀ ਜਿਹੜਾ ਮੇਰਾ ਦੋਸਤ ਸੀ ਆਪਣੇ ਪੁੱਤਰ ਨੂੰ ਲੈ ਕੇ ਲਾਹੌਰ ਦੇ ਡਾਕਟਰ ਕੋਲ ਗਿਆ, ਉਹਨਾਂ ਜਵਾਬ ਦੇ ਦਿੱਤਾ। ਇਸਲਾਮਾਬਾਦ ਦੇ ਡਾਕਟਰਾਂ ਕੋਲ ਗਿਆ, ਉਹਨਾਂ ਜਵਾਬ ਦੇ ਦਿੱਤਾ। ਕਹਿੰਦਾ ਜਗ੍ਹਾ ਜਗ੍ਹਾ ਤੇ ਡਾਕਟਰਾਂ ਨੂੰ ਜਾ ਕੇ ਚੈੱਕ ਕਰਵਾਇਆ ਕਿ ਮੇਰਾ ਪੁੱਤਰ ਬਿਮਾਰ ਹੋ ਗਿਆ, ਮੇਰੇ ਬੁਢਾਪੇ ਦਾ ਸਹਾਰਾ ਹੈ, ਮੇਰਾ ਕੱਲਾ ਕੱਲਾ ਪੁੱਤਰ ਹੈ, ਕੱਲੀ ਕੱਲੀ ਔਲਾਦ ਹੈ। ਕਹਿੰਦਾ ਜਗ੍ਹਾ ਜਗ੍ਹਾ ਤੇ ਡਾਕਟਰਾਂ ਕੋਲ ਗਿਆ, ਉਹਨਾਂ ਜਵਾਬ ਦਿੱਤਾ। ਕਹਿੰਦੇ ਨੇ ਜਿਹੜਾ ਤੇਰੇ ਪੁੱਤਰ ਨੂੰ ਮਰਦ ਲੱਗਾ ਹੈ, ਇਹਦਾ ਇਲਾਜ ਕੋਈ ਨਹੀਂ, ਇਹ ਲਾ ਇਲਾਜ ਮਰਦ ਹੈ, ਲਿਹਾਜ਼ਾ ਤੇਰੇ ਪੁੱਤਰ ਨੇ ਨਹੀਂ ਬਚਣਾ, ਇਹਨੂੰ ਘਰ ਲੈ ਜਾ, ਇਹਦੀ ਜਾ ਕੇ ਕੋਈ ਚਾਰ ਦਿਨ ਸੇਵਾ ਕਰ, ਖਿਦਮਤ ਕਰ, ਇਹਨੇ ਨਹੀਂ ਬਚਣਾ, ਜਿਹੜਾ ਇਹਨੂੰ ਮਰਦ ਲੱਗਾ ਹੈ ਉਹ ਲਾ ਇਲਾਜ ਹੈ। ਉਹ ਫਰਮਾਉਂਦੇ ਨੇ ਕਿ ਜਿਹੜਾ ਮੇਰਾ ਦੋਸਤ ਸੀ ਨਾ, ਬੜਾ ਅਮੀਰ ਸੀ, ਉਹਨੇ ਕੀ ਕੀਤਾ ਕਿ ਰਾਤੋਂ ਰਾਤ ਟਿਕਟ ਕਰਾਈ, ਆਪਣੇ ਪੁੱਤਰ ਨੂੰ ਅਮਰੀਕਾ ਲੈ ਗਿਆ, ਉੱਥੇ ਜਾ ਕੇ ਡਾਕਟਰਾਂ ਨੂੰ ਚੈੱਕ ਕਰਵਾਇਆ, ਪਰ ਜਵਾਬ ਮਿਲਿਆ। ਫਿਰ ਜਾਪਾਨ ਲੈ ਗਿਆ, ਯੂਕੇ ਲੈ ਗਿਆ, ਕਹਿੰਦਾ ਆਊਟ ਆਫ ਕੰਟਰੀ, ਪੂਰੀ ਦੁਨੀਆ ਦੇ ਵਿੱਚ ਘੁੰਮ ਕੇ ਆਇਆ। ਲੇਕਿਨ ਹਰ ਕਿਸੇ ਨੇ ਇਹੀ ਆਖਿਆ ਕਿ ਜਿਹੜਾ ਤੇਰੇ ਪੁੱਤਰ ਨੂੰ ਮਰਦ ਲੱਗਾ ਹੈ ਨਾ, ਉਹਦਾ ਇਲਾਜ ਕੋਈ ਨਹੀਂ, ਲਾ ਇਲਾਜ ਮਰ ਜੇ, ਲਾ ਇਲਾਜ ਮਰ ਦੇ, ਇਹਦੀ ਸ਼ਿਫਾ ਕੋਈ ਨਹੀਂ। ਕਹਿੰਦਾ ਉਹ ਮੇਰਾ ਦੋਸਤ ਜਿਹਦੀ ਕੱਲੀ ਕੱਲੀ ਔਲਾਦ, ਕੱਲਾ ਕੱਲਾ ਪੁੱਤਰ, ਬੁਢਾਪੇ ਦਾ ਕੱਲਾ ਕੱਲਾ ਸਹਾਰਾ, ਕਹਿੰਦਾ ਆਪਣੇ ਪੁੱਤਰ ਨੂੰ ਲੈ ਕੇ ਘਰ ਆਇਆ, ਘਰ ਚਾਰ ਪਾਈ ਤੇ ਬੈਠਾ, ਮਾਯੂਸ ਹੋ ਕੇ ਸਿਰ ਤੇ ਹੱਥ ਰੱਖ ਕੇ ਸੋਚ ਰਿਹਾ ਕਿ ਯਾਰ ਮੇਰਾ ਕੱਲਾ ਕੱਲਾ ਪੁੱਤਰ ਹੈ, ਬੁਢਾਪੇ ਦਾ ਕੱਲਾ ਕੱਲਾ ਸਹਾਰਾ ਹੈ, ਹਰ ਕਿਸੇ ਨੇ ਜਵਾਬ ਦੇ ਦਿੱਤਾ, ਹੁਣ ਕਿੱਧਰ ਜਾਵਾਂ। ਕਹਿੰਦਾ ਰਾਤ ਦਾ ਪਿਛਲਾ ਪੈਰ ਹੈ, ਚਾਰ ਪਾਈ ਤੇ ਬੈਠਾ ਸੋਚ ਰਿਹਾ ਤੇ ਦਿਨ ਚ ਖਿਆਲ ਆਇਆ ਯਾਰ ਹਰ ਕਿਸੇ ਨੂੰ ਚੈੱਕ ਤੇ ਕਰਵਾਇਆ ਹੈ, ਇੱਕ ਵਾਰੀ ਦਾਰੁਲ ਸ਼ਿਫਾ ਮਦੀਨਾ ਪਾ ਕਿਉਂ ਨਹੀਂ ਗਿਆ। ਹਰ ਕਿਸੇ ਨੇ ਜਵਾਬ ਦੇ ਦਿੱਤਾ, ਹਰ ਡਾਕਟਰ ਨੇ ਜਵਾਬ ਦੇ ਦਿੱਤਾ, ਤੁਹਾਡੇ ਘਰ ਤੋਂ ਤਾਂ ਕਦੀ ਕੋਈ ਖਾਲੀ ਨਹੀਂ ਮੁੜਿਆ, ਤੁਹਾਡੇ ਘਰ ਤੋਂ ਤਾਂ ਕਦੀ ਕੋਈ ਖਾਲੀ ਨਹੀਂ ਮੁੜਿਆ, ਇੱਥੇ ਤੇ ਜੋ ਆਉਂਦਾ ਹੈ, ਜੋ ਮਨ ਦੀ ਮੁਰਾਦ ਲੈ ਕੇ ਆਉਂਦਾ ਹੈ, ਪੂਰੀ ਕਰਕੇ ਜਾਂਦਾ ਹੈ। ਸੋਹਣਿਆ ਮੇਰਾ ਕੱਲਾ ਕੱਲਾ ਪੁੱਤਰ ਹੈ, ਬਿਮਾਰ ਹੈ, ਕਰਮ ਫਰਮਾਓ, ਰਹਿਮ ਕਰੋ। ਫਰਮਾਉਂਦਾ ਉਹ ਕਹਿੰਦਾ ਹੈ ਕਿ ਮੈਂ ਆਪਣੇ ਪੁੱਤਰ ਦੀ ਉਹ ਅਰਜ਼ੀ ਹਜ਼ੂਰ ਦੀ ਬਾਰਗਾਹ 'ਚ ਪੇਸ਼ ਕੀਤੀ ਹੈ, ਇੰਝ ਪੇਸ਼ ਕਰਕੇ ਤੇ ਵਾਪਸ ਪਾਕਿਸਤਾਨ 'ਚ ਆਇਆ। ਇਹ ਹੁਣ ਅਗਲੀ ਗੱਲ ਦਾ ਤੁਸੀਂ ਲੁਤਫ ਬੜਾ ਉਠਾਉਣਾ। ਕਹਿੰਦਾ ਮੈਂ ਉੱਥੇ ਅਰਜ਼ੀ ਪੇਸ਼ ਕੀਤੀ ਹੈ ਹਜ਼ੂਰ ਦੀ ਬਾਰਗਾਹ 'ਚ ਅਤੇ ਪਾਕਿਸਤਾਨ ਆਇਆ, ਉਹ ਡਾਕਟਰ ਜਿਨ੍ਹਾਂ ਨੇ ਜਵਾਬ ਦੇ ਦਿੱਤਾ ਸੀ, ਜਿਨ੍ਹਾਂ ਨੇ ਜਵਾਬ ਦੇ ਦਿੱਤਾ ਸੀ, ਕਹਿੰਦੇ ਵੀ ਤੇਰੇ ਪੁੱਤਰ ਨੂੰ ਜਿਹੜਾ ਮਰਦ ਲੱਗਾ ਹੈ ਉਹ ਲਾ ਇਲਾਜ ਹੈ, ਉਹਦਾ ਇਲਾਜ ਕੋਈ ਨਹੀਂ, ਤੇਰਾ ਪੁੱਤਰ ਚੰਦ ਦਿਨਾਂ ਦਾ ਮਹਿਮਾਨ ਹੈ। ਕਹਿੰਦਾ ਜਿਨ੍ਹਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਮੈਂ ਆਪਣੇ ਪੁੱਤਰ ਨੂੰ ਦੁਬਾਰਾ ਉੱਥੇ ਜਾ ਕੇ ਟੈਸਟ ਕਰਵਾਏ, ਉਹਦੀਆਂ ਰਿਪੋਰਟਾਂ ਕਰਾਈਆਂ, ਚੈੱਕ ਕਰਾਇਆ, ਜਿਹੜੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਨਾ, ਕਹਿੰਦਾ ਮੇਰੇ ਪੁੱਤਰ ਵੱਲ ਵੇਖ ਕੇ ਮੈਨੂੰ ਫੜ ਕੇ ਝੰਜੋੜ ਕੇ ਆਖਦੇ ਨੇ, ਦੱਸ ਓਏ ਇਹਦਾ ਇਲਾਜ ਕਿੱਥੋਂ ਕਰਾਇਆ ਜੀ, ਡੋਲਾ ਕਰਾ ਬੈਠੇ ਜਾਰੇ, ਆ ਡੋਲਾ ਕਰਾ ਬੈਠੇ ਜਾਰੇ, ਮੁਕਤੀ ਮੁਕਾਵਾ ਤੂੰ ਜਿੱਤੇ ਮੈਂ ਹਾਰੇ, ਆ ਚਿੱਠੀਆਂ ਤੇਰੇ ਦੇਸ਼
तेरे देश वल कोई खबर न आया, लिख लिख के चिट्ठियां तेरे देश पाया, तेरे देश वलों कोई खबर न आया, क्योंकि देश अरब वल जान दे राया, तू मैनू ले चल नाल मदीने, देश अरब वल जान दे राया, मैनू ले चल नाल मदीने, मैं भी वेख लवायो तरते जिथे वसदे यार नगीने, मैं वेख लवाओ धरती जिथे बसदे यार नगीने, इस धरती ते खुले रहंदे सदा रहमत वाले खजीने, आदम मैं उस खाक नु जुमा जिथे लाए कदम नबी ने, मैं लिख लिख के चिट्ठियां, क्या बात है, सुभान सुभान, नहीं कोई जाया को मियां साहब दा बहुत अच्छे, कोई जाया को अरवी ढोल ताई, हालो सोने आसी बेहाल हो गए, कदू खैर दीदार दा पावना है, अखां रोंदियां नू कई साल हो गए, अगे गैर मैनो ताने मार दे सन, हुण ते अपने भी गैरां दे नाल हो गए, हुण ते करम सरदार ते चाहिदा है, अरदा कर दिया दे चिट्टे वाल हो गए, मैं लिख लिख के चिट्ठियां तेरे देश पाया, मैं लिख लिख के चिट्ठियां तेरे देश पाया, अरब दिया वसनीका कित याद होवे सरनाम सोना, लिख लिख के चिट्ठियां लिख के चिट्ठियां तेरे देश पाया, लिख लिख के चिट्ठियां तेरे देश पाया, लिख लिख के चिट्ठियां तेरे देश पाया, तेरे देश वल्लों कोई खबर आया, बताई कोई जान दीवारे आमें डोला करावे खिजारी, आमें डोला करावे खिजारे, जेड़ियां गुड़ियां आपे उड़िया
ते कदे ना चढ़ने उचाइया ओहो गुडिया चंगिया उड़िया जड़िया साइया आप उड़ाया ओहो गुडिया चंगिया उड़िया जड़िया साइया सिर ते रहंदे